ਫੌਜੀ ਬੰਦਾ ਮੈਂ ਪੈਗ ਨਿਗਾਹ ਜਿਹਾ ਲਾਇਆ ਵਾ। ਗੋਲੀ ਚੱਲੀ ਕਿੱਥੇ ਤੁਹਾਡੇ ਕੋਲ? ਚੱਲੀ ਕੀ ਹੈ ਸਰ, ਮੈਂ ਜਦੋਂ ਐਂ ਰੱਖੀ ਆ ਆਪੇ ਉਹ ਨਿਕਲ ਗਈ ਆ। ਮੈਂ ਸਰ ਚਲਾਈ, ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ। ਫੜੇ ਜਾਣ ਤੋਂ ਬਾਅਦ ਆਪਣੀ ਸਫਾਈ ਦੇ ਰਿਹਾ ਸਾਬਕਾ ਫੌਜੀ ਉਹ ਹੈ ਜਿਸ ਨੇ ਬੱਸ ਦੇ ਵਿੱਚ ਬੰਦੂਕ ਦੇ ਨਾਲ ਗੋਲੀ ਚਲਾਈ। ਹੁਣ ਆਖ ਰਿਹਾ ਕਿ ਉਸਨੇ ਨਿੱਕਾ ਜਿਹਾ ਪੈਗ ਲਾਇਆ ਹੋਇਆ ਸੀ। ਗੋਲੀ ਆਪਣੇ ਆਪ ਹੀ ਚੱਲ ਗਈ, 12 ਬੋਰ ਦੀ ਰਾਈਫਲ ਦੇ ਨਾਲ ਫਾਇਰ ਕੀਤਾ ਗਿਆ। ਮੌਕੇ ਤੇ ਚੀਕ ਚਿਹਾੜਾ ਪੈ ਗਿਆ, ਸਵਾਰੀਆਂ ਆਪਣੀ ਜਾਨ ਬਚਾ ਕੇ ਭੱਜ ਗਈਆਂ। ਔਰ ਫੜੇ ਜਾਣ ਤੋਂ ਬਾਅਦ ਇਹ ਫੌਜੀ ਆਪਣਾ ਬਿਆਨ ਵੀ ਦੇ ਰਿਹਾ। ਦੱਸ ਦਈਏ ਕਿ ਇਸਨੇ ਕਿਹਾ ਕਿ ਘਰ ਜਾਣ ਦੀ ਇੰਨੀ ਖੁਸ਼ੀ ਚੜੀ ਹੋਈ ਸੀ। ਜਾਣਕਾਰੀ ਮੁਤਾਬਿਕ ਇਹ ਬਿਹਾਰ ਤੋਂ ਆ ਰਿਹਾ ਸੀ, ਜੋ ਹੀ ਆਪਣੀ ਪਿੰਡ ਵਾਲੀ ਬੱਸ ਦੇ ਵਿੱਚ ਬੈਠਾ ਤਾਂ ਬੰਦੂਕ ਦੇ ਨਾਲ ਫਾਇਰ ਕੀਤਾ। ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ। ਘਟਨਾ ਦੀ ਜਾਣਕਾਰੀ ਮਿਲਦੇ ਸਾਰ ਪੁਲਿਸ ਨੇ ਸਾਬਕਾ ਫੌਜੀ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਦਾ ਪਿੰਡ ਲੋਹਾਰ ਹੈ, ਜਿੱਥੇ ਜਾਣ ਦੇ ਲਈ ਇਹ ਬੱਸ ਦੇ ਵਿੱਚ ਬੈਠਾ ਸੀ। ਜੋ ਹੀ ਬੈਠਾ ਤਾਂ ਇਸ ਦੇ ਵੱਲੋਂ ਫਾਇਰ ਕੀਤਾ ਗਿਆ, ਰੌਲਾ ਰੱਪਾ ਪੈ ਗਿਆ। ਸਵਾਰੀਆਂ ਬੱਸ ਦੇ ਵਿੱਚੋਂ ਬਾਹਰ ਆ ਗਈਆਂ ਔਰ ਪੁਲਿਸ ਮੌਕੇ ਤੇ ਆਈ ਤੇ ਇਸ ਨੂੰ ਹਿਰਾਸਤ ਵਿੱਚ ਲਿਆ ਗਿਆ। ਤਾਂ ਇਸਨੇ ਕਿਹਾ ਕਿ ਇਸਦੇ 2 ਪੈਗ ਲੱਗੇ ਹੋਏ ਸੀ ਔਰ ਗੋਲੀ ਆਪਣੇ ਆਪ ਹੀ ਚੱਲ ਗਈ। ਹੁਣ ਇਸ ਨੂੰ ਮਾਫ ਕੀਤਾ ਜਾਵੇ। ਕਿਸ ਤਰੀਕੇ ਦੇ ਨਾਲ ਇਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਔਰ ਪੁਲਿਸ ਦੀ ਹਿਰਾਸਤ ਦੇ ਵਿੱਚ ਬੈਠ ਕੇ ਇਸਨੇ ਕੀ ਬਿਆਨ ਦਿੱਤਾ, ਤੁਸੀਂ ਵੀ ਸੁਣੋ। ਸਰ ਮੈਂ UN ਮਿਸ਼ਨ ਦੇ ਵਿੱਚ ਵੀ ਨੌਕਰੀ ਕੀਤੀ ਆ, ਗੁਰੂ ਜੋਨ ਬਟਾਲੀਅਨ ਦਾ ਬੰਦਾ 13 ਸਿਖਲਾਈ ਦਾ, ਅਤੇ ਮੈਂ ਤਾਂ ਰੱਖੀ ਆ, ਨਿਕਲ ਗਈ ਆ। ਮੈਂ ਤਾਂ ਪਹਿਲੀ ਵਾਰੀ ਪੰਜਾਬ ਵੇਖਿਆ ਅਤੇ ਮੈਂ ਆਇਆ ਵੀ ਚਲੋ ਪੰਜਾਬੀ ਬੰਦਾ ਪੱਗ ਵਾਲਾ ਬੰਦਾ ਨਜ਼ਰ ਆਉਂਦਾ ਰੱਬੀ ਕਿਤੇ, ਅਤੇ ਮੈਨੂੰ ਖੁਸ਼ੀ ਬੜੀ ਹੋਈ ਇਸ ਚੀਜ਼ ਦੀ ਵੀ ਮੈਂ ਇੰਨੇ ਚਿਰ ਬਾਅਦ ਪੰਜਾਬ ਦੇ ਵਿੱਚ ਆਇਆ। ਪਿੰਡ ਕਿਹੜਾ ਆਪਣਾ? ਪਿੰਡ ਲਵਾਰ ਹੈ। ਅਤੇ ਕਿਉਂ ਗੋਲੀ ਚੱਲੀ ਕਿੱਥੇ ਤੁਹਾਡੇ ਕੋਲ? ਚੱਲੀ ਕੀ ਹੈ ਸਰ, ਮੈਂ ਜਦੋਂ ਐਂ ਰੱਖੀ ਆ ਆਪੇ ਉਹ ਨਿਕਲ ਗਈ ਆ। ਕਿੱਥੇ ਬੈਠਾ? ਦਰਨਾਲੀ 'ਚੋਂ, ਬੱਸ 'ਚੋਂ। ਮੈਂ ਸਰ ਚਲਾਈ, ਮੈਨੂੰ ਤਾਂ ਖੁਸ਼ੀ ਇੰਨੀ ਹੋ ਰਹੀ ਕਿ ਅੱਜ ਘਰ ਜਾ ਰਿਹਾ ਵਾਂ, ਪੰਜਾਬ 'ਚ ਆ ਗਿਆ, ਆਪਦੇ ਘਰ ਆ ਰਿਹਾ, ਅਤੇ ਆਹ ਮੈਨੂੰ ਹੋਰ ਹੀ ਕਸੂਤਾ ਜਬ ਪਾ ਤਾ। ਹੁਣ ਕੀ ਗੱਲਬਾਤ ਹੋਈ? ਹੁਣ ਕਿੱਦਾਂ ਸਰ ਇਹ ਮੈਨੂੰ ਇੱਥੇ ਲਿਆ ਵੀ ਤੂੰ ਇਹ ਕਿੱਦਾਂ ਨਿਕਲ ਗਈ? ਕਿੱਥੇ ਲਿਆਂਦਾ? ਪੁਲਿਸ ਨੇ। ਅਤੇ ਸਰ ਇਹੋ ਜਿਹੀ ਸਾਡੇ ਜਦੋਂ ਦਿਮਾਗ 'ਚ ਹੀ ਨਹੀਂ, ਦਿਲ 'ਚ ਨਹੀਂ। ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਦਾਸ ਹਾਂ। ਗੁਰੂ ਗੋਲੀ ਦਾ ਨੁਕਸਾਨ ਹੋ ਜਾਂਦਾ, ਕੌਣ ਜ਼ਿੰਮੇਵਾਰ ਹੈ? ਸਰ ਉੱਪਰ ਨੂੰ ਨਿਕਲੀ ਆ, ਹੋਇਆ ਨਹੀਂ ਆ, ਬਾਕੀ ਅੱਗੇ ਨਾ ਵਿਘਨ ਪਾਓ, ਮੈਂ ਗਰੀਬ ਬੱਚਾ ਵਾਂ, ਮੈਨੂੰ ਮਾਫ ਕਰੋ। ਡਰਿੰਕ ਕੀਤੀ ਆ? ਹਾਂ, ਡਰਿੰਕ ਕੀ ਸੀ ਵੀ ਫੌਜੀ ਬੰਦਾ ਮੈਂ ਪੈਗ ਨਿਗਾਹ ਜਿਹਾ ਲਾਇਆ ਵਾ, ਪਰ ਉਹ ਸਰ ਨਿਕਲ ਗਈ ਆ, ਐਂ ਥੋੜ੍ਹੀ ਅਸੀਂ ਆਪਦੇ ਪੰਜਾਬ ਦੇ ਵਿੱਚ ਹੀ ਕੋਈ ਮੁੰਡੇ ਸਾਹਮਣੇ ਬੈਠਾ, ਉਹਨੇ ਪਤਾ ਕੰਮ ਕੀਤਾ ਕੋਈ? ਕੀ ਹੋਇਆ? ਗੋਲੀ ਚਲਾਈ ਇੱਥੇ, ਪਤਾ ਨਹੀਂ ਅੰਦਰ ਤੋਂ ਰਫਲੀ ਉਹਦੇ ਕੋਲ। ਗੱਲਬਾਤ ਕੁਛ ਨੀ ਸੀ, ਉਹਨੇ ਰਫਲ ਦੇ ਵਿੱਚ ਗੋਲੀ ਪਾ ਕੇ ਗੋਲੀ ਚਲਾਈ, ਤਾਂ ਪਤਾ ਨੀ, ਮੈਂ ਨੀ ਜਾਂਦਾ ਇਹਨਾਂ ਨੂੰ, ਐਨੂੰ ਗਈ ਤਾਂ ਉਹਨੂੰ ਕੱਢਿਆ ਨਾ। ਬੈਠੇ ਅੱਗ ਸੇਕਣ ਡਿਆ ਤੇ ਮੈਂ ਆਖਣ ਇੱਕੋ ਇੱਕੋ ਚੱਲੀ ਹੈ।